ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ ਜੀ। ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅਤੇ ਵੀਡੀਓ ਦੇ ਸ਼ੁਰੂ ਵਿੱਚ ਮੇਰੀ ਰਿਕੁਐਸਟ ਹੈ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਕਰਦੇ ਹਾਂ ਵੀਡੀਓ ਸ਼ੁਰੂ, ਤਾਂ ਦਿਖਾਉਂਦੇ ਤੁਹਾਨੂੰ ਆਪਣੇ ਘਰ ਦਾ ਕੰਮ ਕਿੰਨਾ ਕਿੰਨਾ ਹੋ ਗਿਆ। ਅਤੇ ਦੇਖੋ ਤਾਂ ਇੰਜੋਏ ਕਰੋ। ਆਹ ਦੇਖੋ ਜੀ, ਸਾਰਾ ਪਸਤਰ ਹੋ ਗਿਆ ਅਤੇ ਮੀਂਹ ਦਾ ਮੌਸਮ ਬਣਿਆ ਹੋਇਆ। ਅਤੇ ਪਰਸੋਂ ਮੀਂਹ ਆ ਗਿਆ ਸੀ ਅਤੇ ਉਹਦਾ ਮੈਨੂੰ ਦਿਖਾਉਣਾ ਮੀਂਹ ਨੇ ਆਪਾਂ ਨੂੰ ਕੀ ਕਰਿਆ ਸੀਗਾ। ਰਸੋਈ ਦੇ ਵਿੱਚ ਬਹੁਤ ਔਖਾ ਪਲਸਤਰ ਕਰਿਆ। ਕੱਲ੍ਹ ਆਹ ਕੰਧ ਕਰਤੀ, ਰਸੋਈ ਥੋੜ੍ਹੀ ਰਹਿੰਦੀ ਸੀ ਉਹ ਕਰਤੀ ਹੈ। ਅਤੇ ਇੱਧਰ ਆ ਦੇਖੋ, ਬਰਾਂਡੇ ਦੇ ਵਿੱਚ ਆਹ ਪਲਸਤਰ ਹੋ ਗਿਆ। ਦੇਖੋ ਸੂਰਜ ਪੈ ਰਿਹਾ, ਅੱਗੋਂ ਦਿਸ ਨਹੀਂ ਰਿਹਾ। ਦੇਖੋ ਅੱਜ ਵਾਸਤੇ ਪੈਡ ਵੀ ਤਿਆਰ ਕਰਤੀ ਹੈ। ਦੇਖੋ ਪੱਟੇ ਧਰਨ ਰਹਿ ਗਏ ਅਤੇ ਸਾਰਾ ਕੰਮ ਤਕਰੀਬਨ ਪਲਸਤਰ ਨਿਬੜ ਗਿਆ। ਅਤੇ ਉਦੋਂ ਬਾਅਦ ਆਪਾਂ ਕਰਨਾ ਦੇਖੋ ਰਸੋਈ ਸੈਲਫ ਵਗੈਰਾ ਵਾਸਤੇ ਝਰੀ ਵੀ ਛੱਡ ਦਿੱਤੀ ਗਈ ਹੈ ਅਤੇ ਬੋਰਡ ਵਾਰਡ ਸਭ ਪੈ ਗਏ। ਉਸ ਤੋਂ ਬਾਅਦ ਆਪਾਂ ਕਰਨਾ ਆਪਣਾ ਚਾਰ ਦਵਾਈ ਦਾ ਕੰਮ, ਇੱਕ ਕੰਧ ਨਿਕਲ ਗਈ ਹੈ, ਤਿੰਨ ਕੰਧਾਂ ਬਾਕੀ ਹੈ। ਗੇੜ ਵਗੈਰਾ ਲਾਵਾਂਗੇ, ਸਾਰਾ ਕੁਝ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ। ਦੇਖੋ ਜੀ ਮੀਂਹ ਨੇ ਆਹ ਦੇਖੋ ਕੀ ਕੰਮ ਕੀਤਾ, ਆਹ ਸਾਰੀ ਕੰਧ ਪਲਸਤਰ ਕਰਤੀ ਸੀ ਪਰ ਬਾਅਦ ਜਦੋਂ ਮੀਂਹ ਆ ਗਿਆ ਅਤੇ ਸਾਰਾ ਮਸਾਲਾ ਥੱਲੇ ਹਿੜਤਾ। ਆਹ ਦੇਖੋ ਚੁੱਕਣ 'ਚ ਦੇਖੋ ਅਤੇ ਮੀਂਹ ਬਹੁਤ ਜ਼ਿਆਦਾ ਆ ਰਿਹਾ। ਹੁਣ ਆਹ ਕਰਨੀ ਹੈ ਕੰਧ ਅਤੇ ਆਹ ਦੇਖੋ ਮੀਂਹ, ਦੇਖੋ ਜੀ ਮੀਂਹ ਬਹੁਤ ਜ਼ਿਆਦਾ ਮੀਂਹ ਆ ਰਿਹਾ। ਚੈੱਕ ਕਰ ਸਕਦੇ ਹੋ ਮੌਸਮ ਤੁਸੀਂ। ਤਾਂ ਕੰਧ ਰਹਿ ਗਈ ਪਲਸਤਰ ਵਾਲੀ ਜੀ, ਇੱਕ ਅੱਗੋਂ ਰਹਿ ਗਿਆ ਅਤੇ ਬਨੇਰਾ ਬੰਨ ਕੇ, ਮਿਸਤਰੀ ਜੀ ਕਹਿੰਦੇ ਅੱਗੋਂ ਬਨੇਰਾ ਬੰਨ ਕੇ ਫੇਰ ਪਲੰਧ ਪਲਸਤਰ ਹੋਊਗੀ। ਇਹ ਜੋ ਇਹ ਗੇਟ ਆ, ਤੁਹਾਨੂੰ ਗੇਟ ਦਿਖਾਈ ਦੇ ਰਿਹਾ, ਇਹ ਵੀ ਆਪਾਂ ਬੰਦ ਕਰਨਾ ਇੱਟਾਂ ਦੇ ਨਾਲ। ਇੱਕ ਤਾਂ ਦੋ ਗੇਟ ਹੀ ਰਹਿ ਜਾਣੇ ਆ, ਇਹਨੂੰ ਬੰਦ ਕਰਾਂਗੇ। ਉਹ ਸਰੀਏ ਹੱਡੇ ਹੋਏ ਆ, ਹੁਣ ਦਿਖ ਰਹੇ ਹੋਣੇ ਸਰੀਏ। ਅਤੇ ਇਹ ਆਪਾਂ ਇਸ ਤਰੀਕੇ ਨਾਲ ਕਮਰਾ ਦੇ ਵਿੱਚ ਬਰਾਂਡੇ ਦੇ ਕਮਰਾ ਖੋਰ ਪਾਉਣਾ ਗਾ, ਅੱਗੇ ਦੇਖਾਂਗੇ ਅਤੇ ਉੱਥੇ ਪਸ਼ੂਆਂ ਲਾ ਜਾਣਾ। ਅਤੇ ਛੋਟਾ ਜਿਹਾ ਘਰ ਆ, ਛੋਟੀ ਜਿਹੀ ਚਾਰ ਦੁਆਰੀਆ, ਦੇਖੋ ਛੋਟਾ ਜਿਹਾ ਘਰ ਆਪਾਂ ਫਿਰ ਬਣਾਇਆ ਅਤੇ ਸਿੰਪਲ ਘਰ ਬਣਾਇਆ। ਸਿੰਪਲ ਘਰ ਬਣਾ ਕੇ ਅਤੇ ਵਧੀਆ ਇਹਦੇ ਵਿੱਚ ਸਕੂਨ ਮਿਲਦਾ ਕਿਉਂਕਿ ਖੁੱਲ੍ਹੀ ਹਵਾ ਆਉਂਦੀ ਹੈ। ਵੀਡੀਓ ਮੈਥੋਂ ਜ਼ਿਆਦਾ ਨਹੀਂ ਬਣਦੀ ਕਿਉਂਕਿ ਕੰਮ ਕਾਰ ਬਹੁਤ ਹੋ ਜਾਂਦਾ। ਅਤੇ ਤੁਸੀਂ ਜਿੰਨੀ ਸਮੇਂ ਵੀਡੀਓ ਬਣਾਉਣਾ ਉਸਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿਵੇਂ ਲੱਗੀ ਵੀਡੀਓ, ਸਾਡਾ ਘਰ ਕਿਵੇਂ ਲੱਗਿਆ ਤੁਹਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਅਤੇ ਧੰਨਵਾਦ ਜੀ, ਸ਼ੁਕਰੀਆ ਮੇਰੀ ਵੀਡੀਓ ਦੇਖਣ ਵਾਸਤੇ। ਧੰਨਵਾਦ ਜੀ।